ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਰਿਐਕਸ਼ਨ ਕਰਨ ਲੱਗੇ ਜੀ ਇੱਕ ਗਾਣੇ ਉੱਤੇ ਇਹ ਗਾਣਾ ਮੇਰੇ ਯਾਰ ਦੋਸਤ ਦਾ ਗਾਣਾ ਹੈ ਜੀ ਪਹਿਲੀ ਵਾਰ ਉਹਨੇ ਕੋਈ ਗਾਣਾ ਕੱਢਿਆ ਰਿਲੀਜ਼ ਕੀਤਾ ਸੋ ਮੈਂ ਉਹ ਗਾਣਾ ਸੁਣਿਆ ਨਹੀਂ ਸੀਗਾ ਸੋ ਮੈਂ ਸੋਚਿਆ ਵੀ ਕਿਉਂ ਨਾ ਉਸ ਗਾਣੇ ਉੱਤੇ ਰਿਐਕਸ਼ਨ ਕੀਤਾ ਜਾਵੇ ਅਤੇ ਇੱਕ ਹੋਨੈਸਟ ਰਿਵਿਊ ਕੀਤਾ ਜਾਵੇ ਜੇ ਤੁਸੀਂ ਚੈਨਲ 'ਚ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਇੰਟਰਟੇਨਮੈਂਟ ਰਿਲੇਟਡ ਤੁਹਾਨੂੰ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੂਗੀ ਸੋ ਜੋ ਗਾਣਾ ਮੈਂ ਅੱਜ ਜਿਸ ਗਾਣੇ ਦਾ ਮੈਂ ਰਿਐਕਸ਼ਨ ਕਰਨ ਲੱਗਿਆ ਗਾਣੇ ਦਾ ਨਾਮ ਹੈ ਜੀ ਸਕੇਅਰਸ ਸ਼ਾਇਦ ਮੈਂ ਮੇਰੇ ਬੋਲਣ 'ਚ ਗਲਤੀ ਹੋ ਸਕਦੀ ਆ ਕਿਉਂਕਿ ਇੰਗਲਿਸ਼ ਦਾ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬੀਆਂ ਦਾ ਕਿਹੋ ਜਿਹਾ ਹਾਲ ਹੁੰਦਾ ਹੈ ਸੋ ਇਹ ਮੇਰਾ ਦੋਸਤ ਹੈ ਜੀ ਆਕਾਸ਼ ਸ਼ਰਮਾ ਮੇਰੇ ਪਿੰਡ ਦਾ ਮੁੰਡਾ ਹੈ ਮੇਰੇ ਨਾਲ ਹੀ ਪੜ੍ਹਿਆ ਹੈ ਅਤੇ ਸੋ ਮੈਂ ਇਹਨੂੰ ਕਿਹਾ ਯਾਰ ਮੈਂ ਤੇਰੇ ਗਾਣੇ 'ਚ ਇੱਕ ਰਿਐਕਸ਼ਨ ਕਰਨਾ ਚਾਹੁੰਦਾ ਕਹਿੰਦਾ ਕੋਈ ਨਾ ਕਰ ਲਾ ਮੈਂ ਕਿਹਾ ਦੇਖ ਲਾ ਜੇ ਮੈਨੂੰ ਗਾਣਾ ਬਿਲਕੁਲ ਪਸੰਦ ਨਹੀਂ ਆਇਆ ਤਾਂ ਮੈਂ ਕਹੂੰਗਾ ਯਾਰ ਮੈਨੂੰ ਵਧੀਆ ਨਹੀਂ ਲੱਗਿਆ ਕਹਿੰਦਾ ਕੋਈ ਨਹੀਂ ਆਪਾਂ ਨੂੰ ਹੋਨੈਸਟ ਰਿਵਿਊ ਚਾਹੀਦਾ ਹੈ ਨਾ ਮੈਂ ਕਿਹਾ ਚੱਲ ਠੀਕ ਹੈ ਤੈਨੂੰ ਹੋਨੈਸਟ ਰਿਵਿਊ ਮਿਲੂਗਾ ਅਤੇ ਉਹਨੇ ਕਿਹਾ ਯਾਰ ਕਰ ਦੇ ਮੈਂ ਕਿਹਾ ਚੱਲ ਠੀਕ ਹੈ ਕਿਉਂਕਿ ਉਹਨੂੰ ਵੀ ਹੁੰਦਾ ਯਾਰ ਮੈਂ ਕੀਤਾ ਹੈ ਤਾਂ ਮੈਨੂੰ ਜਿੰਨਾ ਹੋ ਸਕੇ ਮੈਨੂੰ ਮੇਰੀ ਗਲਤੀ ਨਾ ਪਤਾ ਲੱਗੇ ਮੈਂ ਅੱਗੇ ਤੋਂ ਇੰਪਰੂਵਮੈਂਟ ਲੈ ਕੇ ਆਵਾਂ ਇਹ ਜ਼ਰੂਰੀ ਵੀ ਆ ਸਾਨੂੰ ਗਲਤੀਆਂ ਦੱਸਣੀਆਂ ਚਾਹੀਦੀਆਂ ਵੀ ਯਾਰ ਇੱਥੇ ਕਮੀ ਰਹੇਗੀ ਇੱਥੇ ਕਮੀ ਰਹੇਗੀ ਚਾਹੇ ਉਹ ਗਾਣਾ ਹੈ ਫਿਲਮ ਹੈ ਜੇ ਕੋਈ ਵੀ ਚੀਜ਼ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਸਾਡਾ ਫਰਜ਼ ਬਣਦਾ ਕਿ ਉਹਨੂੰ ਕਮੀਆਂ ਦੱਸੀ ਵੀ ਸਾਨੂੰ ਕਿਵੇਂ ਦਾ ਲੱਗਿਆ ਐਜ਼ ਅ ਆਡੀਅੰਸ ਕਿਵੇਂ ਲੱਗਿਆ ਚਲੋ ਸ਼ੁਰੂ ਕਰਦੇ ਹਾਂ ਆਪਾਂ ਬਹੁਤ ਨਾ ਟਾਈਮ ਲੈਂਦੇ ਹੋਏ ਸੋ ਪਹਿਲਾਂ ਗੱਲ ਕਰ ਲਈਏ ਆਪਾਂ ਗਾਣੇ ਦਾ ਨਾਮ ਹੈ ਸਕੇਅਰਸ ਆਕਾਸ਼ ਸ਼ਰਮਾ ਮਿਊਜ਼ਿਕ ਹੈ ਜੀ ਡੀ ਵਰਸ ਇਹੀ ਨਾਮ ਹੈ ਨਾ ਹਾਂ ਠੀਕ ਹੈ ਓਕੇ ਚਲੋ ਜੀ ਕਰਦੇ ਹਾਂ ਆਪਾਂ ਸ਼ੁਰੂ ਵੀ ਕਿਵੇਂ ਦਾ ਇਹ ਗਾਣਾ ਕਰ ਗਈਓ ਜੋ ਹੋ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਆਖਰ ਨੂੰ ਕਰ ਗਈਓ ਜੋ ਹੋ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਵਾਦੇ ਤੇਰੇ ਮੈਨੂੰ ਸਿਖਾਂਦੇ ਜਿਹੜੇ ਜਿੰਨਾ ਮੈਂ ਯਾਦ ਕਰਾਂ ਹਾਂ ਓਨਾ ਹੀ ਮੈਂ ਮਰਾਂ ਤੁਰਦੇ ਚਿੱਟੇ ਆਵੇ ਮੈਨੂੰ ਉਹ ਥਾਵਾਂ ਨੀ ਜਿੱਥੇ ਸਿਪਲੀ ਵਾਰਿਆਂ ਮਿਲੀ ਤੂੰ ਉੱਥੇ ਨੂੰ ਮੁੜ ਜਾਵਾਨੀ ਆਖਰ ਨੂੰ ਕਰ ਗਈ ਉਹ ਜੋ ਹਾਂ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹਾਨੀ ਆਖਰ ਨੂੰ ਕਰ ਗਈ ਉਹ ਜੋ ਹਾਂ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹਾਂ ਇੱਕ ਵਾਰ ਮੈਂ ਦੁਬਾਰਾ ਸੁਣਨਾ ਚਾਹੂੰਗਾ ਜੋ ਹੋ ਕਰ ਇਸ ਦਿਸ ਡਾਵਰਸ ਆਖਰ ਨੂੰ ਕਰ ਗਈ ਉਹ ਜੋ ਹੋ ਕਰਦੀਆਂ ਹਵਾਵਾਂ ਨੀ ਆਖਰ ਨੂੰ ਜੋ ਕਰ ਗਈ ਐ ਤੂੰ ਕਰਦੀਆਂ ਜੋ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਆਖਰ ਨੂੰ ਕਰ ਗਈ ਉਹ ਜੋ ਹੋ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਵਾਦੇ ਤੇਰੇ ਮੈਨੂੰ ਸਿਖਾ ਹੋਰ ਕੋਈ ਰਾਹ ਨੀ ਵਾਦੇ ਤੇਰੇ ਕੇ ਫੜ ਇੱਥੇ ਥੋੜੀ ਜੀ ਗਲਤੀ ਹੈ ਜੋ ਹੋ ਕਰਦੀ ਸੁਣੋ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਵਾਦੇ ਤੇਰੇ ਵਾਦੇ ਤੇਰੇ ਹੋਣਾ ਸੀ ਕਹਿੰਦੇ ਵਾਦੇ ਤੇਰੇ ਸੋ ਇੱਥੇ ਮਿਸਟੇਕ ਹੈ ਮੈਨੂੰ ਸਿਖਾਂਦੇ ਜਿਹੜੇ ਜਿੰਨਾ ਮੈਂ ਯਾਦ ਕਰਾਂ ਹਾਂ ਓਨਾ ਹੀ ਮੈਂ ਮਰਾਂ ਤੁਰਦੇ ਤੁਰਦੇ ਚਿੱਟੇ ਆਵੇ ਮੈਨੂੰ ਉਹ ਥਾਵਾਂ ਨੀ ਜਿੱਥੇ ਸਿਪਲੀ ਵਾਰਿਆਂ ਮਿਲੀ ਤੂੰ ਉੱਥੇ ਨੂੰ ਮੁੜ ਜਾਵਾਨੀ ਆਖਰ ਨੂੰ ਕਰ ਗਈ ਉਹ ਜੋ ਹਾਂ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋਰ ਕੋਈ ਰਾਹ ਨੀ ਆਖਰ ਨੂੰ ਕਰ ਗਈ ਉਹ ਜੋ ਹਾਂ ਕਰਦੀਆਂ ਹਵਾਵਾਂ ਨੀ ਸਾਨੂੰ ਤੂੰ ਛੂ ਕੇ ਫੜ ਲੇ ਹੋ
और कोई रानी, कैसी आ चाल या बदली कर पे कमाल गई, तेथो ना देख होना जो हो कर मेरा हाल गई, मन दे आ मन दे तेरी मन दे ही रह गए, माड़े तो माड़ा कर गई चुप होके सह गए, सदके तेरे को इतने भी तेरे लगी जाता सद के तेरे, एक बार फिर देख लेने शायद कर गई चुप होके सह गए, सद के तेरे घोड़े नी सद के तेरे, इतनी सही लग रही दिते मैं जरा हाँ दस कुड़िए की करा, दस दे कुड़िए ओका तो हस दे कुड़िए, तेरिया दुआवानी ही तेरे हिस्से पावानी, आखर नू कर गई हो जो हूं कर दिया हवावानी, सानू तू चूके फड़ ले होर कोई रहानी, आखर नू कर गई हो जो हूं कर दिया हवावानी, सानू तू चूके फड़ ले होर कोई रहानी। चल कोई ना, ये तू वफा तो वध बेवफाई कर गई, मैं प्यार कर बैठा सी ना तू चला कीता ही कर गई, हुन तां खुश होएगी मेनू धोखा दे के, मैं भी खुश तेन मौका दे के, बड़ा हुब के कहना सी यार कि तू सच्ची है, खैर निकल ही नहीं हो गल वखरी, आ पहला तां तेनों कुछ बोल नहीं पाया, आ तां ही तेरे ते लिखण लग गया, आ उत्ते बैठा रब हसदा मेरे ते कि थैले बनाया तेरा ही रब, तेरा ही रब। गाने दा म्यूजिक बहुत वधिया, गाने दे बोल बहुत वधिया, पर मैनूं लगदा है होर फील ना गाया जा सकता सीगा, गाने दी तर्ज वधिया जा रही है, सो गाने दे बोल वधिया ने, गाने दा म्यूजिक वधिया है, गाने जो कहना चाहुंदा जो आवाज च जो फील होना चाहिए थोड़ा जिहा मैनूं लगदा होर इहनूं जरूरत सी, एक होर क्लैरिटी दी आवाज दी जरूरत सीगी इहनूं, ठीक है आवाज नो डाउट जो बेस बनिया है आवाज दा बहुत सही है, पर मैनूं लगदा थोड़ा जिहा आवाज नूं होर उहदा वॉल्यूम होनी चाहिए सी आवाज की, होर क्लीयर ना होर थोड़ा सुर च निकल दी ता ये गाना मैनू मैं कह सकता कि बहुत सोहना निकल के आना सीगा, वन टाइम वॉच गाना है, पर यह नहीं है भी इन बार बार आप सुन सकते हैं, बट उदा नो डाउट भी गाने का म्यूजिक वधिया है, गाने के बोल वधिया ने, बस थोड़ी जी मेहनत की लौड़ है भी यदि आवाज होर यह चीज़ हो सकती सी होर ये आ सकता जी, पर नो डाउट मेरे यार दो का पहला गाना है, सो पहला उन्हें बहुत मैं कहना बेस्ट विशेष है यार तू फिर भी उस बेस नू रखिया उस वो छड्डी नहीं चीज, थोड़े बहुत बोलना भी वर्डिंग च थोड़ा लग रहा है ट्रे तेरे ते उत्थों थोड़ी मिस्टेक आ रही है, बाकी मैनू सही लग रहा वा गाना, ते दूजा यह है भी थोड़ी मेहनत की लौड़ है आवाज़ नू और पर फिर भी ठीक है, पहली बार भी इन्नी क इन्ना ट्राई करना भी बैटर है क्योंकि हजे मेरी आवाज भी नहीं इन्नी वधिया, मैं भी कुछ किया पर मैं आप नहीं चंगा लगे तो मैं कदे पाया भी नहीं है, सो यह भी आप जिन्ना हो सके मैं ही कहूँगा भी थोड़े बहुत आप रियाज वगैरह करना चाहिए है, चाहिए है, सो बाकी गाना सही है, गाने की हाँ थोड़ा मैं इन्ना कह सकता वो जी चीज़ आवाज़ का फेस सही जा रहा वा स्केल सही जा रहा वा, पर हाँ वो थोड़ी जी वो वॉल्यूम थोड़ी होर होंगी होर क्लीयर ना वो हों तो शायद होर निखर के गाना आना सी, सो मेरे वालों गाना मैं पांच विचों इस गाने नूं सिर्फ और सिर्फ ढाई स्टार दूंगा, भी मैनूं वह भी सिर्फ म्यूजिक नूं इहदे बोलां नूं बाकी तेरे अद्धा नंबर फेस नूं जो थोड़े वह फड़ के रखिया वह तर्ज नूं वह फड़ के रखी वह सही है, वह तर्ज होर निखर के आ सकदी सीगी, सो मैनूं नो डाउट ठीक है बेस्ट विशेज है मेरे वल्लों भी तू इह तों भी होर वधिया निखर के आवें होर वधिया गाने कढ़े, ठीक है वधिया तो वधिया, हुण इह गाणा तेरा पहला गाणा सीगा तो मैं चाहुंदा इह तों ही वधिया तूं गाणा करे ओदी आवाज च होर निखार लेके आवे, मेरे वालों बेस्ट विशेज आ, जे थोनू भी मेरा यह रिव्यू वधिया लग्या रिएक्शन वधिया लग्या तां मेरे चैनल सबसक्राइब कर लियो ते बैल आइकन दबाउणा ना भुलना, धन्यवाद।